ਕੀ ਨਾਂ ਤੁਹਾਡਾ? ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਅੱਛਾ ਹਰਦੀਪ ਸਿੰਘ, ਤੁਸੀਂ ਜਿਸ ਖੇਤ ਮੇ ਖੜੇ ਹੈ ਇਸਮੇ ਕਣਕ ਮੇ ਤੁਸੀਂ ਕੀ ਪਾਇਆ? ਪਹਿਲੇ ਯੂਰੀ ਕੇ ਸਾਥ ਕੇਮੈਕਸ। ਕੇਮੈਕਸ ਐਨਰਜੀ? ਹਾਂਜੀ, ਕੇਮੈਕਸ ਤੋਂ ਪਹਿਲੇ ਆਤੀ ਥੀ, ਅਬ ਕੇਮੈਕਸ ਐਨਰਜੀ ਆਤੀ ਹੈ। ਕੇਮੈਕਸ ਐਨਰਜੀ, ਠੀਕ ਹੈ ਨਾ। ਔਰ ਇਹ ਜੋ ਆਪਣਾ ਸਾਥ ਮੇ ਖੇਤ ਹੈ ਇਸਮੇ ਕੁਛ ਨਹੀਂ ਡਾਲਾ, ਕੇਮੈਕਸ ਐਨਰਜੀ ਇਸਮੇ ਨਹੀਂ ਡਾਲਾ ਹੈ? ਨਹੀਂ ਪਾਇਆ। ਤੋ ਇਨ ਦੋਨੋਂ ਮੇ ਆਪਕੋ ਮਤਲਬ ਕਿਆ ਫਰਕ ਦਿਖਾਈ ਦੇਤਾ? ਇਹ ਵਧੀਆ ਲੱਗ ਰਿਹਾ ਰਿਜ਼ਲਟ, ਉਹਦੇ ਨਾਲ ਕਣਕ ਵਧੀਆ। ਨਹੀਂ, ਜੈਸੇ ਹਮਨੇ ਜੋ ਦੋ ਬੂਟੇ ਪਾਟੇ ਨਿਕਾਲੇ ਥੇ ਨਾ, ਇਹ ਵਾਲਾ ਬੂਟਾ ਇਸਮੇ ਸੇ ਨਿਕਾਲਾ, ਇਹ ਵਾਲਾ ਬੂਟਾ ਇਸਮੇ ਸੇ ਨਿਕਾਲਾ ਹੈ ਜਿਸਮੇ ਕੇਮੈਕਸ ਡਾਲਾ ਹੈ। ਤੋ ਇਸਮੇ ਕਿਤਨੀ ਸ਼ਾਖਾ ਹੈ? ਇਹਦੇ 11 ਜੀ। 11 ਸ਼ਾਖਾ। ਔਰ ਜਿਸਮੇ ਮਤਲਬ ਹਮਨੇ ਕੇਮੈਕਸ ਐਨਰਜੀ ਨਹੀਂ ਡਾਲਾ ਉਸਮੇ ਕਿਤਨੀ ਸ਼ਾਖਾ ਹੈ? 1 2 3 4 5 6 6 ਸ਼ਾਖਾ। 1 2 3 4 5 6 7 ਸ਼ਾਖਾ ਹੈ। ਹਾਂਜੀ, 7। ਤੋ 4 ਸ਼ਾਖਾ ਕਾ ਫਰਕ ਹੈ ਇੱਕ ਪੌਦੇ ਮੇ। ਠੀਕ ਹੈ। ਇਸਕਾ ਮਤਲਬ ਇਹ ਹੁਆ ਕਿ ਜੋ 4 ਸ਼ਾਖਾ ਹੈ 4 ਬੱਲੀ ਫਾਲਤੂ ਬਣੇਗੀ, ਜੋ 4 ਬੱਲੀ ਫਾਲਤੂ ਬਣੇਗੀ ਤਾਂ ਆਪਣਾ ਝਾੜ ਵੀ ਬੜੇਗਾ। ਠੀਕ ਹੈ ਨਾ। ਠੀਕ ਹੈ। ਇਹ 100% ਕੇਮੈਕਸ ਐਨਰਜੀ ਕੈਮੀਕਲ ਮੁਕਤ ਹੈ, ਇਸਮੇ ਕੈਮੀਕਲ ਨਾਮ ਕੀ ਕੋਈ ਚੀਜ਼ ਨਹੀਂ ਹੈ। ਇਹ ਆਪਣੀ ਜ਼ਮੀਨ ਕੋ ਵੀ ਠੀਕ ਕਰਤਾ ਹੈ, ਔਰ ਜੋ ਤੱਤਵ ਪੌਦੇ ਨੀਚੇ ਸੇ ਨਹੀਂ ਲੈ ਸਕਤੇ ਨੀਚੇ ਸੇ ਲੈ ਕੇ ਪੌਦੇ ਕੋ ਵੀ ਦੇਤਾ ਹੈ। ਠੀਕ ਹੈ ਨਾ। ਔਰ ਇਸਕੀ ਇੱਕ ਖਾਸੀਅਤ ਹੈ ਕਿ ਲਾਸਟ ਤੱਕ ਪੌਦਾ ਮਤਲਬ ਇਸਕੀ ਜੋ ਜੜ ਹੈ ਜਿਸ ਜਹਾਂ ਪੇ ਕੇਮੈਕਸ ਐਨਰਜੀ ਡਾਲਾ ਹੈ ਇਹ ਹਰੀ ਬਣੀ ਰਹੇਗੀ, ਲਾਸਟ ਤੱਕ ਇਸਨੇ ਪੌਦੇ ਕੋ ਖੁਰਾਕ ਦੇਣੀ ਹੈ। ਤੋ ਜਿਸਕੇ ਸਾਥ ਜੋ ਬੱਲੀ ਹੈ, ਬੱਲੀ ਜੋ ਫੋਕ ਬਣਤੀ ਹੈ, ਉੱਪਰ ਕੇ 2-4 ਦਾਣੇ ਖਾਲੀ ਰਹਿ ਜਾਤੇ, 2-4 ਦਾਣੇ ਨੀਚੇ ਖਾਲੀ ਰਹਿ ਜਾਤੇ, ਤੋ ਫੋਕ ਨੂੰ ਇਹ ਘਟਾਊਗੀ, ਫੋਕ ਘਟੇਗੀ, ਲਾਸਟ ਤੱਕ ਉਸਨੂੰ ਖੁਰਾਕ ਮਿਲਤੀ ਰਹੀ ਤਾਂ ਫੋਕ ਘਟੇਗੀ। ਠੀਕ ਠੀਕ ਹੈ ਨਾ। ਅੱਛਾ, ਪਿੱਛੇ ਤੁਸੀਂ ਜੂਨੇ 'ਚ ਪਾਇਆ ਸੀ? ਹਾਂ, ਪਾਇਆ ਸੀ 11-21 ਦਿਨ ਪਾਏ ਗਏ। ਅੱਛਾ, ਤੋ ਜੂਨੇ ਮੇ ਕਿਵੇਂ ਰਹਾ? ਵਧੀਆ ਰਹੇ, 18-19 ਕੁਇੰਟਲ ਦਾ ਰਿਹਾ ਜੀ। ਅੱਛਾ, ਜਿੱਥੇ ਨਹੀਂ ਪਾਈ ਸੀ ਉੱਥੇ ਕਿੰਨਾ ਜਾੜ ਰਿਹਾ? ਉਹ 11-21 ਜੀ ਪਾਈ ਸੀ, 11-21 ਬਾਅਦ 2 ਕਿੱਲੇ ਸੀ। ਅੱਛਾ, ਆਂਡੀ ਗਵਾਂਡੀ ਕੇ ਕੇ ਸਰ 16 ਕੁਇੰਟਲ ਦਾ ਫਰਕ ਪੈਂਦਾ ਕਿੱਲੇ ਦਾ ਜੀ। ਕੁਇੰਟਲ ਦਾ, 1 ਕੁਇੰਟਲ ਕਿੰਨੇ ਦਾ ਹੋ ਗਿਆ? ਲਾ ਲਓ ਜੀ 3500 ਦਾ ਹੋ ਗਿਆ। 3500-3600 ਹੋ ਗਿਆ। ਕੇਮੈਕਸ ਐਨਰਜੀ ਕਿੰਨੇ ਦੀ ਆਈ? ਸਸਤਾ ਹੀ ਹੈ ਉੱਦਾਂ ਤਾਂ ਜੀ, खाद आई थी केमैक्स एनर्जी, तो अपने को 3200 रुपए पर किले का फायदा हो गया। यही हुआ ना, 500 लगाए गए, 3200 रुपए का फायदा हुआ। तो हुण तुसी अपने आंडी गवांडी उन्हां नूं की दसोगे? दस दांगे वधिया की दवाई पा दो, खाद पाओ, कीमैक्स एनर्जी सारियां नूं पाओ। बताओ कि मतलब सब लोग ये इसको डालें। और ये अपने कनक है, झूना है, इसमें 4 किलो की डोज है किले की। और जो सब्जी वाली फसल है, आलू है, उसमें 8 किलो किले की डोज है। तो सब लोगों को जो फ़ायदा आप उठा रहे, दूसरे लोगों को भी, आप तो पढ़े लिखे आदमी हो, दूसरे लोगों को भी बताओ। ठीक है ना। चलो जी, धन्यवाद।